ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡੇ ਸਾਰਿਆਂ ਦਾ ਅੱਜ ਦੀ ਨਵੀਂ ਵੀਡੀਓ ਵਿੱਚ। ਅਸੀਂ ਅੱਜ ਘੁੰਮਣ ਜਾ ਰਹੇ ਹਾਂ ਅਲਾਨੀਆ ਦੀਆਂ ਵੱਖ ਵੱਖ ਥਾਵਾਂ 'ਤੇ, ਅਤੇ ਨਾਲ ਤੁਹਾਨੂੰ ਵੀ ਘੁੰਮਾਵਾਂਗੇ। ਸੋ ਆਓ ਚੱਲੀਏ ਅਲਾਨੀਆ। ਇਹ ਹੈ ਅਲਾਨੀਆ ਦੀ ਕਲੀਓਪੈਟਰਾ ਬੀਚ। ਬਹੁਤ ਹੀ ਸੋਹਣਾ ਨਜ਼ਾਰਾ, ਆਸੇ ਪਾਸੇ ਪਹਾੜ ਨੇ, ਪੂਰਾ ਸੋਹਣਾ ਸਮੁੰਦਰ, ਸ਼ੀਸ਼ੇ ਵਰਗਾ ਪਾਣੀ ਦੇਖੋ ਸਾਰਾ, ਛੋਟੇ ਛੋਟੇ ਨਿੱਕੇ ਨਿੱਕੇ ਪੱਥਰ ਵਾਲੀ ਬੀਚ ਹੈ, ਬਹੁਤ ਸੋਹਣੀ ਬੀਚ ਹੈ, ਪੂਰਾ ਸਾਫ਼ ਪਾਣੀ ਹੈ, ਉਹ ਸੋਹਣਾ ਨਜ਼ਾਰਾ। ਲੋਕ ਇੱਥੇ ਬੀਚ ਦਾ ਆਨੰਦ ਮਾਣਦੇ ਹੋਏ, ਬਹੁਤ ਸਾਰੇ ਲੋਕ ਇੱਥੇ ਪੈਰਾਗਲਾਈਡਿੰਗ ਵੀ ਕਰ ਰਹੇ ਹੈ। ਮੈਂ ਜ਼ੂਮ ਕਰਕੇ ਦਿਖਾਉਂਦਾ, ਸ਼ਾਇਦ ਤੁਹਾਨੂੰ ਦਿਖ ਵੀ ਰਿਹਾ ਹੋਵੇ। ਆਹ ਦੇਖੋ ਬਹੁਤ ਸੋਹਣੀ ਬੀਚ। ਪੂਰੇ ਆਸੇ ਪਾਸੇ ਸਾਰੇ ਪਹਾੜ ਨੇ। ਇਸ ਬੀਚ ਤੋਂ ਕੇਬਲ ਕਾਰ ਵੀ ਚੱਲਦੀ ਹੈ, ਤੁਸੀਂ ਦੇਖ ਸਕਦੇ ਹੋ ਗੇ ਇੱਥੇ ਕੇਬਲ ਕਾਰ। ਇਹ ਕੇਬਲ ਕਾਰ ਤੁਹਾਨੂੰ ਉੱਪਰ ਪਹਾੜ 'ਤੇ ਲੈ ਕੇ ਜਾਂਦੀ ਹੈ। ਆ ਇੱਧਰ ਇੱਥੇ ਇੱਕ ਕਾਸਲ ਬਣਿਆ ਹੋਇਆ ਹੈ, ਇਸ ਕਾਸਲ ਤੋਂ ਤੁਹਾਨੂੰ ਪੂਰੇ ਅਲਾਨੀਆ ਸ਼ਹਿਰ ਦਾ ਜੋ ਨਜ਼ਾਰਾ ਉਹ ਨਜ਼ਰ ਆਉਂਦਾ। ਬਹੁਤ ਸੋਹਣੀ ਜਗ੍ਹਾ, ਆਈ ਨੋ ਮੈਂ ਬਾਰ ਬਾਰ ਕਹਿ ਰਿਹਾ ਬਹੁਤ ਸੋਹਣੀ ਜਗ੍ਹਾ, ਬਟ ਵਾਕਈ ਜਦੋਂ ਤੁਸੀਂ ਇੱਥੇ ਆਓਗੇ ਤੁਸੀਂ ਦੇਖੋਗੇ, ਤੁਸੀਂ ਆਪ ਹੀ ਇਸਦੀ ਖੂਬਸੂਰਤੀ ਨੂੰ ਉਸ ਟਾਈਮ ਨਿਹਾਰ ਸਕੋਗੇ। ਹਾਂਜੀ, ਅਸੀਂ ਆ ਗਏ ਜੀ ਇੱਥੇ ਅਲਾਨੀਆ ਕੇਬਲ ਕਾਰ। ਅਸੀਂ ਕੇਬਲ ਕਾਰ ਲੈ ਕੇ ਹੁਣ ਜਾ ਰਹੇ ਹਾਂ ਉੱਪਰ ਕਾਸਲ ਵਿੱਚ। ਉੱਥੋਂ ਕਾਸਲ ਤੋਂ ਤੁਹਾਨੂੰ ਸਾਰੇ ਸ਼ਹਿਰ ਦਾ ਸੋਹਣਾ ਵਿਊ ਨਜ਼ਰ ਆਉਂਦਾ। ਅਸੀਂ ਟੂਰ ਬੁੱਕ ਕੀਤਾ, ਹੁਣ ਸਾਡਾ ਇੱਥੇ ਕੈਬ ਡਰਾਈਵਰ ਸਾਨੂੰ ਲੈ ਕੇ ਆਇਆ। ਅਸੀਂ ਇੱਥੇ ਲੈ ਰਹੇ ਹਾਂ ਕਾਸਲ ਦੀ ਟਿਕਟ, ਅਤੇ ਟਿਕਟ ਲੈ ਕੇ ਅਸੀਂ ਜਾਵਾਂਗੇ ਕੇਬਲ ਕਾਰ ਵਿੱਚ ਕਾਸਲ। ਲਓ ਜੀ, ਅਸੀਂ ਲੈ ਲਈ ਹੈ ਟਿਕਟ, ਅਤੇ ਹੁਣ ਅਸੀਂ ਜਾ ਰਹੇ ਹਾਂ ਅਲਾਨੀਆ ਕਾਸਲ ਲੈ ਕੇ ਕੇਬਲ ਕਾਰ। ਹੈਲੋ, ਹਾਂਜੀ, ਆ ਜੀ ਅਸੀਂ ਆ ਚੁੱਕੇ ਹਾਂ ਕੇਬਲ ਕਾਰ ਦੇ ਵਿੱਚ, ਜਿਹੜੀ ਲੈ ਕੇ ਜਾਏਗੀ ਸਾਨੂੰ ਅਲਾਨੀਆ ਕਾਸਲ। I really like
Remember that, Mama. ਲੋ ਜੀ ਬਸ ਅਸੀਂ ਪਹੁੰਚਣ ਲੱਗੇ ਹਾਂ ਕਾਸਲ। ਲੋ ਜੀ ਦੇਖੋ ਨਜ਼ਾਰਾ ਅਲਾਨੀਆ ਦਾ, ਆਹ ਲੱਗਦਾ ਨੇਵੀ ਦੀ ਸ਼ਿਪਸ ਹੋਣ। ਲੋਕ ਜੈਟ ਸਕੀ ਕਰਦੇ ਹੋਏ ਆ ਗਏ ਜੀ ਕਾਸਲ। ਆਹ ਦੇਖੋ ਟਰਕੀ ਦਾ ਝੰਡਾ ਕਾਸਲ। ਇਹ ਕਾਸਲ 13th century ਯਾਨੀ ਕਿ 13th century 'ਚ ਬਣਿਆ ਸੀ। ਅੱਜ ਕੱਲ੍ਹ ਇਹ ਕਾਸਲ ਟੂਰਿਸਟ ਅਟਰੈਕਸ਼ਨ ਲਈ ਮਸ਼ਹੂਰ ਹੈ। ਲੋ ਜੀ ਚੱਲੀਏ ਕਾਸਲ ਵੱਲ ਨੂੰ ਸਵੇਰੇ ਸਵੇਰੇ ਐਕਸਰਸਾਈਜ਼ ਹੋਊਗੀ ਸਾਡੀ ਚੜ੍ਹ ਚੜ੍ਹ ਕੇ ਕਾਸਲ ਦੀਆਂ ਪੌੜੀਆਂ। ਬਟ ਬਹੁਤ ਅੱਛਾ ਵਿਊ ਹੈ, ਬਹੁਤ ਸੋਹਣਾ ਵਿਊ ਹੈ। ਤੁਸੀਂ ਇੱਥੇ ਬੱਚਿਆਂ ਨਾਲ ਵੀ ਆ ਸਕਦੇ ਹੋ, ਆਪਣੀ ਪੋਸਚਰ ਲੈ ਕੇ ਤੁਸੀਂ ਆ ਸਕਦੇ ਹੋ ਕੇਬਲ ਕਾਰ ਲੈ ਕੇ, ਅਤੇ ਪੋਸਚਰ ਤੁਸੀਂ ਖੜਾ ਕੇ ਅਤੇ ਫਿਰ ਉੱਪਰ ਤੁਹਾਨੂੰ ਵੋਕ ਕਰਨੀ ਪਏਗੀ। ਬਟ ਆਈ ਥਿੰਕ ਇੰਨੀ ਜ਼ਿਆਦਾ ਵੋਕ ਨਹੀਂ ਹੈ ਕਾਸਲ ਤੱਕ ਦੀ। ਨਾਲ ਨਾਲ ਤੁਸੀਂ ਵਿਊ ਇੰਜੋਏ ਕਰ ਸਕਦੇ ਹੋ, ਨਾਲ ਨਾਲ ਫੋਟੋਆਂ ਖਿੱਚੋ ਅਤੇ ਨਾਲ ਨਾਲ ਕਾਸਲ ਦੇਖੋ। ਹਾਂ ਆ ਗਿਆ ਜੀ ਕਾਸਲ ਦਾ ਖੁਫੀਆ ਦਰਵਾਜ਼ਾ। ਜੀ ਅਸੀਂ ਆਏ ਹਾਂ ਅਲਾਨੀਆ ਕਾਸਲ, ਅਤੇ ਕਾਸਲ ਦੇ ਅੰਦਰ ਇਹ ਪਿਕਚਰ ਬੂਥ ਬਣਿਆ ਜਿੱਥੇ ਤੁਸੀਂ ਫੋਟੋ ਖਿਚਾ ਸਕਦੇ ਹੋ, ਅਤੇ ਅਸੀਂ ਵੀ ਖਿਚਾਈਆਂ ਨੇ ਆਪਣੀਆਂ ਫੋਟੋਆਂ। ਲਓ ਜੀ ਅਸੀਂ ਹੋ ਗਏ ਵਾਂਟਿਡ ਡੈਡ ਔਰ ਅਲਾਈਵ, ਸਾਡੇ ਉੱਪਰ ਟਰਕੀ ਦੀ ਸਰਕਾਰ ਨੇ ਰਿਵਾਰਡ ਰੱਖਿਆ। ਅਗਰ ਕਿੱਥੇ ਵੀ ਅਸੀਂ ਤੁਹਾਨੂੰ ਮਿਲੇ ਤਾਂ ਸਾਡਾ ਚੈਨਲ ਸਬਸਕ੍ਰਾਈਬ ਕਰੋ, ਲਾਈਕ ਸ਼ੇਅਰ ਐਂਡ ਕਮੈਂਟ। ਲਓ ਜੀ ਇਹ ਕਾਸਲ ਦੇ ਅੰਦਰ ਆ ਗਿਆ ਓਲਡ ਬਾਜ਼ਾਰ। ਇੱਥੇ ਤੁਸੀਂ ਕਾਰਪੇਟ, ਕੱਪੜੇ ਅਤੇ ਆਈ ਥਿੰਕ ਇਹ ਸਾਰਾ ਹੈਂਡਮੇਡ ਹੈ ਜਿਹੜੇ ਇੱਥੇ ਆਪ ਬਣਾਉਂਦੇ ਨੇ। ਸੁਵੀਨੀਅਰਸ ਹੋ ਗਏ ਤੁਸੀਂ ਲੈ ਸਕਦੇ ਹੋ। ਮੋਸਟ ਮੈਨੂੰ ਦੇਖੀ ਜਿਹੜੀ ਪਾਸ ਕਰਦੀ ਹੈ।
ਇਹ ਹੈ ਜੀ ਇੱਥੇ ਦੀ ਮੋਸਕ ਮਸਜਿਦ 800 ਸਾਲ ਪੁਰਾਣੀ ਹੈ ਕਹਿੰਦੇ। ਇਹ ਆ ਗਿਆ ਜੀ ਇੱਧਰ ਦਾ ਓਲਡ ਬਾਜ਼ਾਰ ਜਿੱਥੇ ਤੁਸੀਂ ਸ਼ੋਪਿੰਗ ਕਰ ਸਕਦੇ ਹੋ। ਲਓ ਜੀ ਗੁੱਚੀ ਵਾਲਿਆਂ ਦੀ ਫਲਾਈਟ ਵੀ ਆ ਗਈ ਗੁੱਚੀ ਏਅਰਵੇਜ਼। ਸਾਰੀਆਂ ਸਵੀਨੀਅਰ ਸ਼ੋਪਸ ਨੇ। ਛੋਟੀ ਜਿਹੀ ਸੋਹਣੀ ਜਿਹੀ ਮਾਰਕੀਟ ਬਣੀ ਹੋਈ ਹੈ। ਆਹ ਪਤਾ ਨਹੀਂ ਕੀ ਆਈ ਥਿੰਕ ਇਹਦੇ ਅੰਦਰ ਇਹਨਾਂ ਲਾਈਟਾਂ ਲਗਾਈਆਂ ਹੋਈਆਂ ਲੈਂਪ ਟਾਈਪ ਇਹਨਾਂ ਨੇ ਕੁਝ ਬਣਾਇਆ ਬਹੁਤ ਸੋਹਣਾ ਲੱਗ ਰਿਹਾ। ਇੱਥੇ ਤੁਸੀਂ ਟਰਕਿਸ਼ ਕੋਸਟਿਊਮ ਪਾ ਕੇ ਫੋਟੋਆਂ ਵੀ ਖਿਚਾ ਸਕਦੇ ਹੋ। ਇਹ ਹੈ ਜੀ ਕੁਛ ਇਸ ਤਰ੍ਹਾਂ ਦਾ ਮਾਹੌਲ ਇੱਥੇ। ਓਕੇ ਚਲੋ ਚਲੋ ਉੱਪਰ ਚਲੋ। ਕਾਸਲ ਦੇਖ ਕੇ ਆ ਗਿਆ ਹੁਣ ਅਸੀਂ ਵਾਪਸ ਜਾ ਰਹੇ ਹਾਂ ਨੀਚੇ ਤਾਂ ਹੁਣ ਅੱਗੇ ਦਾ ਟ੍ਰਿਪ ਕਰਦੇ ਹਾਂ ਸ਼ੁਰੂ। ਆ ਗਈ ਸਾਡੀ ਕੇਬਲ ਕਾਰ ਹੁਣ ਅਸੀਂ ਆਪਣੀ ਕੇਬਲ ਕਾਰ ਲੈ ਕੇ ਵਾਪਸ ਨੀਚੇ ਜਾ ਰਹੇ ਹਾਂ। ਅਸੀਂ ਹੁਣ ਇਸ ਵਕਤ ਆਏ ਹਾਂ ਦਮਲਤਾਸ ਕੇਵ। ਇਹ ਕੇਵਸ ਬਣੀਆਂ ਨੇ ਪਹਾੜਾਂ ਅਤੇ ਸਮੁੰਦਰ ਦੇ ਵਿਚਕਾਰ। ਹੁਣ ਅੰਦਰ ਜਾ ਕੇ ਦੇਖਦੇ ਹਾਂ ਇਹ ਇੱਧਰ ਦਾ ਏਰੀਆ। ਅਸੀਂ ਇਸ ਵਕਤ ਆ ਚੁੱਕੇ ਹਾਂ ਦਮਲਤਾਸ ਕੇਵ।
ਸਾਰੀ ਇਸ ਕੇਵ ਦੀ ਹਿਸਟਰੀ ਲਿਖੀ ਹੋਈ ਹੈ। ਲਿਖਿਆ ਕਿ ਇੱਥੇ ਇਹਨਾਂ ਨੂੰ ਇਹ ਕੇਵ ਜਿਹੜੀ ਹੈਗੀ ਕੋਇੰਸੀਡੈਂਸ ਨਾਲ ਮਿਲ ਗਈ ਸੀ ਜਦੋਂ ਇਹ ਇੱਥੇ ਦੇ ਹਾਰਬਰ ਦੀ ਕੰਸਟਰਕਸ਼ਨ ਕਰ ਰਹੇ ਸੀ, ਤਾਂ ਉਸ ਸਮੇਂ ਇਹਨਾਂ ਨੂੰ ਇਹ ਕੇਵ ਲੱਭੀ ਜੋ ਕਿ 1948 ਵਿੱਚ ਸੀ। ਇਸ ਕੇਵ ਦੇ ਅੰਦਰ ਕਹਿੰਦੇ ਕਿ ਜਿਹੜੇ ਖਾਸ ਕਰਕੇ ਜਿਹੜੇ ਅਸਥਮਾ ਦੇ ਪੇਸ਼ੈਂਟ ਹੈ ਉਹ ਬਹੁਤ ਆਉਂਦੇ ਆ। ਜੋ ਮੈਂ ਪੜ੍ਹਿਆ ਉਹ ਉੱਥੇ ਲਿਖਿਆ ਸੀ ਕਿ 21 ਦਿਨ ਲਈ ਇੱਥੇ ਜਿਹੜੇ ਚਾਰ ਘੰਟੇ ਅਸਥਮਾ ਦੇ ਪੇਸ਼ੈਂਟ ਇਸ ਕੇਵ ਦੇ ਅੰਦਰ ਸਪੈਂਡ ਕਰਦੇ ਆ। ਉਹਨਾਂ ਨੂੰ ਬਹੁਤ ਹੈਲਪ ਹੋਈ ਹੈ, ਉਹ ਠੀਕ ਹੋਏ ਨੇ। ਅਤੇ ਅਗਰ ਤੁਸੀਂ ਵੀ ਇੱਧਰ ਆਉਣਾ ਚਾਹੁੰਦੇ ਹੋ ਅਤੇ ਤੁਹਾਡਾ ਅਸਥਮਾ ਕਿਓਰ ਹੋਵੇ, ਤੁਸੀਂ ਪਤਾ ਕਰਕੇ ਅਤੇ ਆ ਸਕਦੇ ਹੋ। ਲਓ ਜੀ, ਅਸੀਂ ਜਾ ਰਹੇ ਹਾਂ ਕੇਵਸ ਦੇ ਅੰਦਰ। ਪੂਰਾ ਝੁੱਕ ਕੇ ਜਾਣਾ ਪੈਂਦਾ। ਅਸੀਂ ਪੂਰੇ ਕੇਵ ਮੈਨ ਬਣ ਗਏ, ਕੇਵ ਮੈਨ ਆ ਗਏ ਜੀ। ਅੱਜ ਕੀ ਕਰ ਰਹੇ ਹੋ? ਨੋ ਅਸੀਂ ਹੁਣ ਕੇਵਸ ਤੋਂ ਆ ਗਏ ਹਾਂ ਅਤੇ ਹੁਣ ਅਸੀਂ ਜਾ ਰਹੇ ਹਾਂ ਦਿਮਚਾਈ। ਸੁਣਿਆ ਬਹੁਤ ਅੱਛੀ ਜਗ੍ਹਾ, ਹੁਣ ਜਾ ਕੇ ਦੇਖਦੇ ਹਾਂ, ਐਕਸਪਲੋਰ ਕਰਦੇ ਹਾਂ ਦਿਮਚਾਈ। ਇਹ ਹੈ ਅਲਾਨੀਆ ਦਾ ਸਿਟੀ ਸੈਂਟਰ। ਆ ਜੀ ਇੱਧਰ ਦਾ ਸ਼ਹਿਰ, ਇੱਧਰ ਦੇ ਘਰ।
ਲੋਕੇਸ਼ਨ ਤੇ ਦਿਮਚਾਈ ਪੈਨੋਰਾਮਾ ਰੈਸਟੋਰੈਂਟ। ਅਸੀਂ ਪਹੁੰਚ ਚੁੱਕੇ ਹਾਂ ਦਿਮਚਾਈ। ਇਹ ਸਾਡੀ ਲੋਕੇਸ਼ਨ ਹੈ ਪੈਨੋਰਾਮਾ ਪਿਕਨਿਕ ਐਂਡ ਰੈਸਟੋਰੈਂਟ। ਆਹ ਦੇਖੋ ਇੱਥੇ ਇਹਨਾਂ ਨੇ ਪਾਣੀ ਦਾ ਫੁਹਾਰਾ ਲਾਇਆ ਹੈ। ਜਿੰਨੀਆਂ ਗੱਡੀਆਂ ਇੱਥੇ ਆਉਂਦੀਆਂ ਨੇ ਸਾਰੀਆਂ ਇੱਥੇ ਧੋ ਕੇ ਅਤੇ ਗੱਡੀ ਪਾਰਕਿੰਗ 'ਚ ਲੱਗ ਜਾਂਦੀ ਹੈ। ਮੈਂ ਰਸਤੇ ਜ਼ਿਆਦਾ ਗੱਲ ਨਹੀਂ ਕੀਤੀ, ਮੈਂ ਬਸ ਨਜ਼ਾਰਾ ਮਾਣਦਾ ਰਿਹਾ। ਆਓ ਤੁਹਾਨੂੰ ਵੀ ਦਿਖਾਈਏ ਜਗ੍ਹਾ ਬਣੀ ਹੈ, ਇੱਥੇ ਤੁਸੀਂ ਬਹਿ ਕੇ ਖਾਣਾ ਖਾਓ ਅਤੇ ਖੂਬਸੂਰਤੀ ਦਾ ਨਜ਼ਾਰਾ ਲਓ। ਬੇਸਿਕਲੀ ਤੁਸੀਂ ਜਿੱਥੇ ਵੀ ਟੂਰ ਬੁੱਕ ਕਰਦੇ ਹੋ, ਅਗਰ ਦਿਮਚਾਈ ਦਾ ਟੂਰ ਬੁੱਕ ਕਰੋਗੇ ਤਾਂ ਤੁਹਾਨੂੰ ਬੁਕਿੰਗ ਵਾਲੇ ਖਾਣਾ ਵਿੱਚ ਇੰਕਲੂਡਿਡ ਦੇਣਗੇ। ਤਾਂ ਹੁਣ ਅਸੀਂ ਖਾਣਾ ਖਾਣ ਜਾ ਰਹੇ ਹਾਂ, ਫਿਰ ਉਸ ਤੋਂ ਬਾਅਦ ਦੇਖਦੇ ਹਾਂ ਕੀ ਮਾਹੌਲ ਬਣਦਾ ਅੱਗੇ ਦਾ। ਹਾਂ ਦੇਖੋ ਕਿੰਨੀ ਸੋਹਣੀ ਨਦੀ ਤੈਰ, ਛੋਟੀ ਛੋਟੀ ਮੱਛੀਆਂ ਨਦੀ ਦੇ ਵਿੱਚ ਤੈਰਦੀ ਹੋਈਆਂ। ਅਸੀਂ ਖਾਣਾ ਖਾਧਾ ਅਤੇ ਨਾਲ ਸੁੰਦਰ ਪਹਾੜ ਦੇਖੇ, ਖੂਬਸੂਰਤ ਨਜ਼ਾਰਾ ਕੁਦਰਤ ਦਾ। ਬਹੁਤ ਅੱਛੀ ਜਗ੍ਹਾ, ਬਹੁਤ ਅੱਛਾ ਟਾਈਮ ਸਪੈਂਡ ਕੀਤਾ। ਸ਼ਾਂਤੀ ਹੈ ਪੂਰੀ, ਸੋਹਣੀ ਹਵਾ ਚੱਲ ਰਹੀ ਹੈ, ਪੂਰਾ ਨਹੀਂ ਰਿਲੈਕਸਿੰਗ ਫੀਲ ਹੁੰਦਾ ਇੱਥੇ। ਅਗਰ ਤੁਸੀਂ ਆਏ ਆਮ ਸ਼ੋਰ ਇਸ ਤੋਂ ਵੀ ਹੋਰ ਬੈਟਰ ਜਗ੍ਹਾ ਹੋਣਗੀਆਂ, ਬਟ ਸਾਡਾ ਇੱਥੇ ਫਸਟ ਟਾਈਮ ਹੈ ਸੋ ਅਸੀਂ ਇੱਧਰ ਆਏ ਸੀ। ਬਹਿ ਗਏ ਆਪਣੀ ਟੈਕਸੀ 'ਚ ਅਤੇ ਅਸੀਂ ਜਾ ਰਹੇ ਹਾਂ ਆਪਣੇ ਹੋਟਲ ਵੱਲ। ਟੈਕਸੀ ਵਾਲਾ ਸਾਨੂੰ ਉਤਾਰੇਗਾ ਸਾਡੇ ਟੈਕਸੀ ਸਟੈਂਡ 'ਤੇ ਅਤੇ ਫਿਰ ਅਸੀਂ ਜਾਵਾਂਗੇ ਆਪਣੇ ਹੋਟਲ। ਹੁਣ ਤੁਸੀਂ ਸਾਡਾ ਹੋਟਲ ਦੇਖ ਹੀ ਸਕਦੇ ਇੱਧਰ, ਉਸ ਬਿਲਕੁਲ ਸਾਹਮਣੇ। ਅਸੀਂ ਇਸ ਵਕਤ ਵਾਪਸ ਆ ਗਏ ਆਪਣੇ ਹੋਟਲ ਦੇ ਵਿੱਚ ਅਤੇ ਅਸੀਂ ਅੱਜ ਗਏ ਐਲਾਨੀਆ ਦੀ ਵੱਖ ਵੱਖ ਥਾਵਾਂ 'ਤੇ। ਅਸੀਂ ਗਏ ਕਲੀਓਪੈਟਰਾ ਬੀਚ, ਐਲਾਨੀਆ ਕੇਬਲ ਕਾਰ ਜਿਹੜੀ ਕਿ ਸਾਨੂੰ ਲੈ ਕੇ ਗਈ ਐਲਾਨੀਆ ਕਾਸਲ ਦੇ ਅੰਦਰ,
ਜਿਹੜਾ ਕਿ ਬਹੁਤ ਹੀ ਸੋਹਣੀ ਜਗ੍ਹਾ ਸੀ, ਜਿੱਥੋਂ ਤੁਹਾਨੂੰ ਪੂਰੇ ਸ਼ਹਿਰ ਦਾ ਬਹੁਤ ਖੂਬਸੂਰਤ ਵਿਊ ਨਜ਼ਰ ਆਉਂਦਾ ਹੈ ਅਤੇ ਉੱਥੇ ਅੰਦਰ ਓਲਡ ਬਾਜ਼ਾਰ ਬਣਿਆ ਹੋਇਆ ਹੈ। ਉਹਦੇ ਬਾਅਦ ਅਸੀਂ ਗਏ ਦਮਲਾਤਾਸ ਕੇਵ। ਦਮਲਾਤਾਸ ਕੇਵ ਉਹ ਵੀ ਦੇਖਣ ਵਾਲੀ ਜਗ੍ਹਾ ਹੈ ਅਤੇ ਅਸੀਂ ਫਸਟ ਟਾਈਮ ਗਏ ਸੀਗੇ ਉੱਥੇ ਤਾਂ ਸਾਨੂੰ ਬਹੁਤ ਅੱਛਾ ਲੱਗਿਆ। ਅਤੇ ਉਸਦੇ ਬਾਹਰ ਵੀ ਆਸੇ ਪਾਸੇ ਕਾਫੀ ਜਗ੍ਹਾ ਨੇ ਜਿੱਥੇ ਕਿ ਤੁਸੀਂ ਘੁੰਮ ਸਕਦੇ ਹੋ, ਜਿਵੇਂ ਕਿ ਮੈਂ ਦੱਸਿਆ ਕਲੀਓਪੈਟਰਾ ਬੀਚ ਹੈ, ਆਸੇ ਪਾਸੇ ਹੋਰ ਬਾਜ਼ਾਰ ਨੇ। ਦਮਲਾਤਾਸ ਕੇਵ ਤੋਂ ਬਾਅਦ ਅਸੀਂ ਗਏ ਦਿਮਚਾਏ, ਜਿਵੇਂ ਕਿ ਤੁਸੀਂ ਦੇਖਿਆ ਹੋਣਾ ਉਹ ਦਿਮਚਾਏ ਦੇ ਵਿੱਚ ਰਿਵਰ ਸੀ, ਰਿਵਰ ਦੇ ਵਿਚਕਾਰ ਰੈਸਟੋਰੈਂਟ ਬਣੇ ਹੋਏ ਨੇ। ਉੱਥੇ ਇਸ ਤਰ੍ਹਾਂ ਦੇ ਹੋਰ ਬਹੁਤ ਸਾਰੇ ਰੈਸਟੋਰੈਂਟ ਹੈਗੇ ਨੇ। ਬਹੁਤ ਹੀ ਖੂਬਸੂਰਤ ਨਜ਼ਾਰਾ ਸੀ ਜੋ ਦੇਖਣ ਵਾਲਾ ਸੀ ਉੱਥੇ, ਸਾਨੂੰ ਬਹੁਤ ਅੱਛਾ ਲੱਗਿਆ ਉਸ ਰੈਸਟੋਰੈਂਟ ਦੇ ਵਿੱਚ ਖਾਣਾ ਖਾ ਕੇ, ਉਸ ਆਸੇ ਪਾਸੇ ਦਾ ਖੂਬਸੂਰਤ ਮਾਹੌਲ ਦੇਖ ਕੇ। ਬਹੁਤ ਹੀ ਸੋਹਣਾ ਲਾਈਟ ਨਜ਼ਾਰਾ ਸੀ, ਦਰਿਆ ਵਹਿ ਰਿਹਾ, ਨਾਲ ਪਹਾੜ ਨੇ, ਸੋਹਣੀ ਠੰਡੀ ਹਵਾ ਚੱਲ ਰਹੀ ਹੈ। ਬਹੁਤ ਹੀ ਅੱਛਾ ਐਕਸਪੀਰੀਅੰਸ ਸੀਗਾ। ਅਗਰ ਤੁਸੀਂ ਕਦੀ ਅਲਾਨੀਆ ਆਏ ਤਾਂ ਆਈ ਰੈਕਮੈਂਡ ਕਿ ਤੁਸੀਂ ਇਹਨਾਂ ਜਗ੍ਹਾ 'ਤੇ ਜ਼ਰੂਰ ਹੋ ਕੇ ਆਉਣਾ। ਅਤੇ ਇੱਕ ਗੱਲ ਤੁਹਾਨੂੰ ਹੋਰ ਦੱਸਣੀ ਸੀ ਕਿ ਤੁਸੀਂ ਇੱਥੇ ਟੂਰਸ ਬੁੱਕ ਕਰ ਸਕਦੇ ਹੋ, ਜਿਵੇਂ ਕਿ ਅਸੀਂ ਆਪਣਾ ਟੂਰ ਬੁੱਕ ਕੀਤਾ ਸੀ, ਬਟ ਅਸੀਂ ਆਪਣੀ ਪ੍ਰਾਈਵੇਟ ਕਾਰ ਕੀਤੀ ਸੀ। ਅਗਰ ਤੁਸੀਂ ਟੂਰ ਬੁੱਕ ਕਰਦੇ ਹੋ ਤਾਂ ਤੁਹਾਨੂੰ ਇਹ ਹੋਰ ਲੋਕਾਂ ਨਾਲ ਆਪਣੀ ਗੱਡੀ ਦੇ ਅੰਦਰ ਜਾਂ ਬੱਸ ਦੇ ਅੰਦਰ ਲੈ ਕੇ ਜਾਂਦੇ ਨੇ ਅਤੇ ਉਸਦੇ ਅੰਦਰ ਸਾਰਾ ਕੁਛ ਇੰਕਲੂਡਿਡ ਹੁੰਦਾ। ਤੁਹਾਡੀ ਕੇਵ ਦੀ ਟਿਕਟ ਹੋਊਗੀ, ਤੁਹਾਡੀ ਕੇਬਲ ਕਾਰ ਦੀ ਟਿਕਟ ਹੋਊਗੀ, ਹੋਰ ਤੁਹਾਨੂੰ ਇਹ ਜਿਹੜਾ ਰੈਸਟੋਰੈਂਟ ਦਾ ਖਾਣਾ ਹੁੰਦਾ ਉਹ ਵੀ ਵਿੱਚ ਇੰਕਲੂਡਿਡ ਹੁੰਦਾ। ਬਟ ਅਸੀਂ ਆਪਣੀ ਪ੍ਰਾਈਵੇਟ ਕਾਰ ਕੀਤੀ ਸੀ, ਸੋ ਇਸ ਕਰਕੇ ਅਸੀਂ ਜੋ ਹੈ ਆਪਣੀ ਕੇਵ ਦੀ ਟਿਕਟ ਅਸੀਂ ਆਪੇ ਲਿੱਤੀ ਸੀ। ਬਾਕੀ ਜਿਹੜੀ ਕਿ ਸਾਡੀ ਕੇਬਲ ਕਾਰ ਦੀ ਟਿਕਟ ਸੀ ਉਹ ਸਾਡੇ ਪ੍ਰਾਈਸ ਦੇ ਵਿੱਚ ਇੰਕਲੂਡਿਡ ਸੀ। ਸੋ ਆਈ ਹੋਪ ਤੁਹਾਨੂੰ ਅੱਜ ਇਹ ਵੀਡੀਓ ਪਸੰਦ ਆਈ ਹੋਏਗੀ। ਸੋ ਅਗਰ ਚੈਨਲ 'ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰੋ, ਲਾਈਕ ਸ਼ੇਅਰ ਐਂਡ ਕਮੈਂਟ ਕਰਨਾ ਨਾ ਭੁੱਲਣਾ। ਅਸੀਂ ਮਿਲਦੇ ਹਾਂ ਤੁਹਾਨੂੰ ਅਗਲੀ ਨਵੀਂ ਵੀਡੀਓ ਦੇ ਵਿੱਚ। ਤਤਕਾਲੀ ਸਤਿ ਸ਼੍ਰੀ ਅਕਾਲ।